ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜਾਣੇ ਕੇ ਸੰਘਾ ਫੈਮਿਲੀ ਵੱਲੋਂ ਅੱਜ ਦਾ ਵਲੌਗ ਤੁਹਾਨੂੰ ਬਣਾਉਣ ਜਾ ਰਹੇ ਹਾਂ ਕਿ ਸਾਡੇ ਪਿੰਡ ਗੁਰਦੁਆਰਾ ਟਾਵੀ ਸਾਹਿਬ ਅਤੇ ਉੱਥੇ 1.5 ਕਿੱਲੇ ਦੇ ਵਿੱਚ ਬਾਗ ਲੱਗਣ ਲੱਗਾ ਜਿਸ ਤਰ੍ਹਾਂ ਤਰ੍ਹਾਂ ਦੇ ਫੁੱਲ ਫਲ ਬੀਜੇ ਜਾਣ ਫਲਾਂ ਦੇ ਬੂਟੇ ਲਗਾਏ ਜਾ ਰਹੇ ਨੇ ਅਤੇ ਜਿਸ ਦੇ ਵਿੱਚ ਸਾਰੇ ਸਾਡੇ ਨੌਜਵਾਨ ਵੀਰ ਨਾਲ ਹੈ ਅਤੇ ਅੱਜ ਤੁਹਾਨੂੰ ਕਰਦੇ ਹਾਂ ਗੱਲਾਂ ਬਾਤਾਂ ਅਤੇ ਇਸ ਗੁਰਦੁਆਰੇ ਬਾਰੇ ਦੱਸਦੇ ਹਾਂ ਆ ਜਾਓ ਫਿਰ ਚੱਲੀਏ ਗੁਰਦੁਆਰਾ ਟਾਵੀ ਸਾਹਿਬ ਗੁਰਦੁਆਰਾ ਟਾਵੀ ਸਾਹਿਬ ਕਾਲਾ ਸਿੰਘਿਆ ਕਪੂਰਥਲਾ ਅਤੇ ਆਹ ਲੱਗਣ ਲੱਗਾ ਜੀ 1.5 ਕਿੱਲੇ ਦੇ ਵਿੱਚ ਬਾਗ ਅਤੇ ਪਾਣੀ ਦੀਆਂ ਜਾਂਦੀਆਂ ਹੋਈਆਂ ਭਰ ਕੇ ਬਾਲਟੀਆਂ ਨਿੱਕੇ ਨਿੱਕੇ ਬੱਚੇ ਵੀ ਹੈ ਇਹ ਵੀ ਪਤਾ ਵੀ ਗਾਂਹ ਫਲ ਫਰੂਟ ਖਾਣਗੇ ਸੰਗਤ ਹਾਂਜੀ ਪੰਮੀ ਸ਼ਹਿਰਾਂ ਸਾਡੇ ਨਾਲ ਫੁੱਲ ਬੂਟੇ ਲਗਾਉਣਾ ਕਾਹਦੇ ਕਾਹਦੇ ਬੂਟੇ ਲਾਉਣ ਲੱਗੇ ਪਤਾ ਨੀ ਪ੍ਰਧਾਨ ਸਾਹਿਬ ਕਾਹਦੇ ਕਾਹਦੇ ਬੂਟੇ ਲੱਗਣ ਲੱਗੇ ਆ ਇਹ ਜਦੋਂ ਫਲ ਖਾਓਗੇ ਪਤਾ ਲੱਗੂਗਾ ਜਿਹਨੂੰ ਤਤਲਾ ਗਏ ਅੱਛਾ ਮਤਲਬ ਇਹ ਪੱਤਿਆਂ ਤੋਂ ਨੀ ਪਤਾ ਲੱਗਦਾ ਵੱਖਰੇ ਵੱਖਰੇ ਹਰ ਕਿਸਮ ਦੇ ਲੱਭ ਕੇ ਲਿਆਂਦੇ ਜੰਗਲਾਂ ਜਾ ਕੇ ਨਾ ਹਿਮਾਲਿਆ ਪਰਬਤ ਵੱਲ ਆੜੂ ਹੋ ਗਿਆ ਫਿਰ ਲੱਗਣਾ ਇੱਥੇ ਜਾਮਣ ਫਿਰ ਲੀਚੀ ਫਿਰ ਸੇਬ ਬੇਰੀਆਂ ਤੇ ਨਾਖਾਂ ਆ ਤੇ ਕਿੰਨੂ ਜਿੱਦਾਂ ਸੰਤਰਿਆਂ ਕਿੰਨਾ ਕਿੰਨਾ ਕੁ ਥਾਂ ਆ ਮਤਲਬ ਟੋਟਲ 320 ਬੂਟੇ ਲੱਗਣੇ 320 ਨਹੀਂ ਮਤਲਬ ਕਿੱਲੇ ਦੇ ਹਿਸਾਬ ਨਾਲ 1.5-2 ਕਿੱਲੇ ਹੈਗੇ ਅੰਦਾਜ਼ਾ ਯਾ 2-2.5 ਕਿੱਲੇ ਹੋਣੇ ਇਹ ਅੱਛਾ ਅੱਛਾ ਠੀਕ ਹੈ ਅੱਛਾ ਮੈਂ ਲੈਣੇ ਮੈਨ ਕੇ ਪਤਾ ਲੱਗੂ ਹੋ ਗਿਆ ਸਿੱਧਾ ਆਪਾਂ ਛੋੜੋ ਦੇਖਣਾ ਵੀ ਉਹ ਇੱਥੇ ਕਹੀ ਨਾ ਪੜ ਰਹੀ ਨਾ ਰਹਿਣ ਤੇ ਵੀਰ ਮਤਲਬ ਪਾਣੀ ਚਾਹੀਦਾ ਪਾਸੇ ਜਾ ਦੁਕਾਨਾਂ ਕੱਠੀਆਂ ਨਾਲ ਕੁਛ ਫੜਦੇ ਤਿੰਨ ਆ ਗਈ ਨਿੱਕੇ ਨਿੱਕੇ ਨਿਆਣੇ ਦੀ ਸੇਵਾ ਕਰਦੇ ਆ ਲੋ ਇਹਨਾਂ ਨੂੰ ਵੀ ਸ਼ੌਂਕ ਆ ਬੂਟੇ ਇਹਨਾਂ ਨੂੰ ਪਤਾ ਮੁੜ ਕੇ ਅੰਬ ਸੇਬ ਕੇਲੇ ਖਾਣੇ ਆ ਨਾ ਇਹ ਹੈ ਆੜੂ ਕਾ ਆੜੂ ਕੌਣ ਆੜੂ ਇਸਕਾ ਅਭੀ ਲਗੇਗਾ ਫਿਰ ਪਤਾ ਓ ਲੋ ਗਿਰ ਗਈ ਲਓ ਜੀ ਇੱਥੇ ਕਾਫੀ ਬੂਟੇ ਤਰ੍ਹਾਂ ਦੇ ਲੱਗੇ ਹੋਰ ਵੀ ਕਿਸੇ ਵੀਰ ਨੇ ਆਪਣੇ ਪਿੰਡ ਬੂਟੇ ਲਿਜਾਉਣੇ ਹੋਣ ਤੇ ਇੱਥੇ ਲੈ ਜਾਇਓ ਨਹੀਂ ਪੰਮੀ ਬਾਈ ਆਹੋ ਸਹੀ ਆ ਤੇ ਦੇ ਵੀ ਜਾਈਏ ਜੇ ਕਿਸੇ ਤੋਂ ਵਧੀਆ ਨਸਲ ਦਾ ਬੂਟਾ ਹੋਵੇ ਆ ਸੇਬ ਦਾ ਵੀ ਬੂਟਾ ਆ ਸੇਬ ਦਾ ਵੀ ਹਾਂ ਕਦੋਂ ਲੱਗਣਗੇ ਇਹ ਬਸ ਹੁਣ ਲਾਤੇ ਤੇ ਲੱਗਣੇ ਲੱਗ ਜਦੋਂ ਲੱਗ ਗਏ ਫੇ ਖਾਣੇ ਕਿੰਨਾ ਨੇ ਆਪਾਂ ਹੀ ਖਾਣਾ ਹੋਰ ਕਿਸੇ ਨੇ ਖਾਣੇ ਸੰਗਤੀ ਖਾਊਗੀ ਸਾਰੀ ਹੈ ਨਾ ਲੋ ਵੀ ਫੇ ਵੀ ਖਰਚਾ ਘਟ ਜਾਣਾ ਇੱਥੇ ਹੀ ਸੇਵਾ ਗੁਰਦਾਰੇ ਸੰਗਤ ਦੀ ਚੱਲੂਗੀ ਜਾਮਣ ਇੱਧਰ ਜਾਮਣ ਦਾ ਦਿੰਨੇ ਆ ਜਾਮਣ ਲਾ ਦੇ ਜਾਮਣ ਓ ਨਿਆਣਿਓ ਚਲ ਆ ਬੂਟੇ ਚੱਕ ਲੈ ਜੀ ਉਧਰ ਆ ਜਾ ਆ ਜਾ ਜਾਮਣ ਦੇ ਕਿੰਨੇ ਬੂਟੇ ਆ ਆਪਣੇ ਨਾਲ ਅਮਰੂਦ
लो भाजी ये बाग जेड़ा अपना लगन लगा ये तजर्बा तुहाडे दिमाग च आइडिया कित्थों आया भी मतलब आपां बाग लाईए बाबा जी एक तो देखो उदा आपां कहिंदे आ पंजाब दे विच रुखां दी बहुत घाट आ ना हाँ जी ठीक है ना ये आपां चाहुंदे भी चलो गुरु घर दे विच अपने कोल जिन्नी क जगह सीगी इत्थे इहदे विच चलो हरियाली भी होगी फिर संगत फल भी खाऊगी नाले इत्थे अपने पहला भी आपां देखिया होगा भी अपने बेरियां होंदियां सीगियां अच्छा जी बहुत ही जदों पहला अपने गुरद्वारा जिद्दां गुरु साहब भी आए सी उदों अच्छा जी उहनां ने भी प्रसाद बेरियां दा छकिया इत्थों ना अच्छा जी ते उस हिसाब नाल आपां हुण बेरियां भी उधर साइड ते थोड़े जिहियां लावांगे अच्छा जी हाँ जी ते दूजी गल जिहड़ा बाग लगना इहदे विच कोई स्पैशल कोई आदमी रखोंगे भी जां जिन्ने इहनां दी देखभाल करनगे बिल्कुल जी बिल्कुल बाबा जी स्पैशल माली है जी हुण भी आ साडे कोल मुंडा सिंह अपना जिहड़ा अच्छा जी इस अपने बागवानी दा इहनां दा काम आ अपना ही जिद्दां हां जी इहनां ने बूटे आपां नूं लिया के दित्ते आ इही अपने नाल निशान ला के गए आ अच्छा जी फिर उस हिसाब नाल उहनां दस्सिया 15 15 फुट ते अच्छा ਵਿੱਚ ਜੀ ਟਰੈਕਟਰ ਲੰਘਿਆ ਕਰੂਗਾ ਉਹਨਾਂ ਚਿਰ ਆਪਾਂ ਫਸਲ ਵੀ ਬੀਜ ਸਕਦੇ ਇਹਦੇ ਵਿੱਚ ਜੀ ਅੱਛਾ ਜੀ ਹਾਂਜੀ ਤੇ ਤਿਆਰ ਮਤਲਬ ਕਿੰਨੇ ਕੁ ਟਾਈਮ ਦੇ ਵਿੱਚ ਹੋ ਜਾਊਗਾ ਅੰਦਾਜ਼ਾ ਜੀ ਬੂਟੇ ਭਾਜੀ ਆਪਣੇ ਤਿੰਨਾਂ ਕੁ ਸਾਲਾਂ ਦੇ ਵਿੱਚ ਫਲ ਦੇਣ ਲੱਗ ਪੈਣਗੇ ਜੀ ਹਾਈਬ੍ਰਿਡ ਆ ਸਾਰੇ ਬੂਟੇ ਜਿੱਦਾਂ ਅੱਛਾ ਜੀ ਹਾਂਜੀ ਬੂਟਾ ਫੇਂਕਣਾ ਨਹੀਂ ਆ ਓਏ ਇਹ ਤਾਂ ਪਕੜ ਕੇ ਲਿਆ ਫੇਂਕਣਾ ਨਿਸ਼ਾ ਦੇਖੋ ਨੇ ਕਹਿੰਦੇ ਕਿ ਨਿਆਣੇ ਵੀ ਸੇਵਾ ਕਰਦੇ ਆ ਸੇਵਾ ਦੀ ਭਾਵਨਾ ਜੀ ਇਹਨਾਂ ਦੇ ਇਹਨੂੰ ਫੜ ਕੇ ਰੱਖੀ ਚੰਗੀ ਤਰ੍ਹਾਂ ਸਰ ਦਾ ਮੁੜ ਕੇ ਸੀ ਆਮ ਇਹਨਾਂ ਨੇ ਚਖਾਣੇ ਸਾਰੇ ਠੇਕੇਦਾਰ ਠੇਕੇਦਾਰ ਆਪਣਾ ਸਾਰੇ ਇਹ ਮੈਂ ਠੇਕੇਦਾਰ ਹੀ ਹਾਂ ठेकेदार ले जाऊंगा कि फेंक दूंगा ठेकेदार ने बंदा रखना पैना हां जा ले जा तू रहन दे एक एक भाई आपा ले चलते हैं एक और तो फड़ा देनी मिनट दे दे ओ जामना उधर दो आ हले जामना बाद ले लेने भाई मम्मी भाई एक मेनू भी फड़ा दे मैं एक माड़ी सेवा ला दूंगा डे बन डे बन दो इदा पूरे बंदे आ गया इधर लाओ फिर इधर भी लाओ ਇਧਰੋਂ ਵੀ ਲਾਓ ਨਾ ਬੂਟੇ ਤੋਂ ਬੂਟੇ ਤੋਂ ਨਿਸ਼ਾਨ ਲਾਓ ਸਾਲੇ ਰੱਸੀ ਬੰਨੀ 15 ਐਨ ਗੁਣੀਆਂ ਜਾਂਦਾ ਭਾਈ ਉਹ ਬੂਟੇ ਦਾ ਐਨ ਫੜ ਲਾ ਪੂਰੇ ਪੂਰਾ ਆ ਵੀ ਆੜੂ ਹੀ ਆਦੇ ਭਾਜੀ ਫੜ ਇਥੇ ਆ ਸਹੀ ਆ ਇਹ ਆੜੂ ਵਾਲੀ ਲੈਨ ਲਾਓ ਪਹਿਲਾਂ ਚੱਲ ਚੱਲ ਦੱਸਿਆ ਜੇ ਰੱਸੀ ਹੁੰਦੀ ਨਾ ਸਿੱਧੀ ਲੈਨ ਹੁੰਦੀ ਇਹਦੀ ਜਿਹੜੇ ਦੂਜੇ ਕਰਦੇ ਨਾ ਤੁਸੀਂ ਉਹ ਤੁਹਾਡਾ ਜੇ ਰਣਾ ਫੇਰ ਨਹੀਂ ਭਾਜੀ ਭਾਜੀ ਨਹੀਂ ਪੈਣਾ ਬੂਟੇ ਤੋਂ ਬੂਟੇ ਪੈ ਲੰਬੀ ਰੱਖੀ ਗੋਰਪੂਰੇ ਹਰ ਨਾਮ ਜੜਾਇਆ ਨਾਮੇ ਚਲਾ ਤੂੰ ਕੱਲੇ ਦੀਓ ले देखो भी दीवार ते कितनी सोहनी पेंटिंग कीती आ